ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਜੇਕਮ ਦੇ ਦਰਸ਼ਕੋ, ਐਸਪੀ ਦੇ ਜਿਵੇਂ ਤੁਹਾਨੂੰ ਪਤਾ ਕਿ ਸਾਰਿਆਂ ਦੀਆਂ ਨਜ਼ਰਾਂ ਪੰਜਾਬ ਦੇ ਵਿੱਚ ਜਿਹੜਾ ਮੋਰਚਾ ਚੱਲਦਾ ਉੱਤੇ ਲੱਗੀਆਂ ਹੋਈਆਂ, ਤੇ ਭਾਰਤ ਸਰਕਾਰ ਵੱਲੋਂ ਸੱਦਾ ਪੱਤਰ ਵੀ ਆ ਕੇ ਉਹਦੇ ਸੰਬੰਧ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਦੇ ਵਿੱਚ ਮੀਟਿੰਗ ਵੀ ਹੋਈ ਸੀ, ਤੇ ਜਿਹਦੇ ਵਿੱਚ ਭਾਈ ਕਿਰਪਾ ਸਿੰਘ ਜੀ ਨੱਥੂਵਾਲ ਜਿਹੜੇ ਕਿਸਾਨ ਬਚਾਓ ਮੋਰਚਾ ਜਿਹੜਾ ਇੰਟਰਨੈਸ਼ਨਲ ਪੰਥ ਦਲ ਵੱਲੋਂ ਹਾਜ਼ਰ ਹੋਏ ਸਨ, ਉਹ ਸਾਡੇ ਨਾਲ ਲਾਈਨ ਤੇ ਹਾਜ਼ਰ ਹਨ। ਸਭ ਤੋਂ ਪਹਿਲਾਂ ਫਤਿਹ ਬੁਲਾਉਂਦੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਦੀ ਫਤਿਹ ਜੀ। ਹਾਂਜੀ ਭਾਈ ਕਿਰਪਾ ਸਿੰਘ ਜੀ, ਅੱਜ ਤੁਸੀਂ ਕਿਸਾਨ ਭਵਨ ਚੰਡੀਗੜ੍ਹ ਚ ਮੀਟਿੰਗ ਦੇ ਵਿਚ ਗਏ ਸੀ, ਤੇ ਕੀ ਫੈਸਲਾ ਹੋਇਆ, ਕਿੰਨੀਆਂ ਜਥੇਬੰਦੀਆਂ ਉੱਥੇ ਹਾਜ਼ਰ ਸਨ? ਹਾਂਜੀ, ਅੱਜ ਜੀ ਪੰਜਾਬ ਦੀਆਂ 30 ਜਥੇਬੰਦੀਆਂ ਜਿਹੜੀਆਂ ਸੀ ਉਹ ਹਾਜ਼ਰ ਸੀ ਜੀ। ਠੀਕ। ਤੇ ਜਿਹੜਾ ਆਪਣਾ ਅੰਦੋਲਨ ਚੱਲ ਰਿਹਾ ਪੰਜਾਬ ਔਰ ਕਿਸਾਨੀ ਲਈ, ਜਿਹੜਾ ਅਸੀਂ ਸਮਝਦੇ ਹਾਂ ਕਿ ਹੁਣੇ ਜਿਹੜਾ ਕਿਸਾਨਾਂ ਦਾ ਨਹੀਂ, ਇਹ ਪੂਰਾ ਜਿਹੜਾ ਅੰਦੋਲਨ ਹੈ ਪੂਰੇ ਭਾਰਤ ਦੇ ਲੋਕਾਂ ਲਈ ਲੜ ਰਹੇ ਹਾਂ ਅਸੀਂ ਪੰਜਾਬੀ ਅੱਗੇ ਹੋ ਕੇ। ਠੀਕ। ਤੇ ਉਸ ਦੇ ਮੱਦੇਨਜ਼ਰ ਅੱਜ ਆਗਾਮੀ ਜਿਹੜਾ ਪ੍ਰੋਗਰਾਮ ਸੀ ਉਸ ਦੇ ਸੰਬੰਧ ਵਿਚ ਮੀਟਿੰਗ ਰੱਖੀ ਹੋਈ ਸੀ ਕਿਸਾਨ ਜਥੇਬੰਦੀਆਂ ਵੱਲੋਂ, ਅੱਜ 30 ਜਥੇਬੰਦੀਆਂ ਨੇ ਸ਼ਿਰਕਤ ਕੀਤੀ। ਅੱਛਾ। ਤੇ ਜੋ ਵੀ ਵਿਚਾਰ ਵਟਾਂਦਰੇ ਹੋਏ ਉਸ ਦੇ ਵਿਚ ਜੋ ਪਿੱਛੇ ਚੱਲ ਰਿਹਾ ਸੀ ਆਪਣਾ ਅੰਦੋਲਨ ਉਸ ਨੂੰ ਤੇਜ਼ ਹੋਰ ਕੀਤਾ ਜਾਊਗਾ, ਜਿਵੇਂ ਭਾਜਪਾ ਲੀਡਰਾਂ ਦਾ ਵਿਰੋਧ ਜਾਰੀ ਰਹੂਗਾ। ਠੀਕ। ਉਸ ਤੋਂ ਇਲਾਵਾ ਰੇਲਾਂ ਦਾ ਜਿਹੜਾ ਅੰਦੋਲਨ ਸੀ ਉਸ ਨੂੰ ਵੀ ਅਗਲੀ ਮੀਟਿੰਗ ਜਿਹੜੀ 15 ਤੱਕ ਬਰਕਰਾਰ ਰੱਖਿਆ ਗਿਆ। ਠੀਕ ਹੈ। ਹਾਂਜੀ, ਤੇ ਹੋਰ ਵੀ ਜਿਹੜੀਆਂ ਕਈ ਵਿਚਾਰਾਂ ਹੋਈਆਂ ਉੱਥੇ। ਹਾਂਜੀ, ਤੇ ਕੁਛ ਕਲਾਕਾਰਾਂ ਦਾ ਵੀ ਮੀਟਿੰਗ ਹੋਈ ਸਾਡੀ। ਤੇ ਜਿਹੜੀ ਅੱਜ ਦਾ ਜਿਹੜਾ ਮੁੱਖ ਜਿਹੜਾ ਮੀਟਿੰਗ ਵਿਚ ਫੈਸਲਾ ਹੋਇਆ ਕਿ ਜਿਹੜਾ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਨੂੰ ਔਰ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਜਲਦੀ ਇਜਲਾਸ ਬੁਲਾ ਕੇ ਜਿਹੜਾ ਕਾਲੇ ਕਾਨੂੰਨ ਦੇ ਵਿਰੁੱਧ ਇੱਕ ਮਤਾ ਪਾਸ ਕਰਾਂਗੇ। ਹਾਂਜੀ, ਉਸ ਦੇ ਵਿੱਚੋਂ ਕਿਤੇ ਨਾ ਕਿਤੇ ਲੱਗਦਾ ਸੀ ਕਿ ਜਿਹੜੀ ਕੈਪਟਨ ਸਰਕਾਰ ਕਾਂਗਰਸ ਦੀ ਉਹ ਕਿਤੇ ਨਾ ਕਿਤੇ ਭੱਜਦੀ ਨਜ਼ਰ ਆ ਰਹੀ ਸੀ। ਅੱਛਾ ਜੀ। ਤੇ ਉਸ ਨੂੰ ਕੜੇ ਹੱਥੀ ਲੈਂਦੇ ਹੋਏ ਸਾਰੇ ਜਥੇਬੰਦੀਆਂ ਨੇ ਇੱਕ ਮੁੱਠ ਹੋ ਕੇ ਇਹ ਆਵਾਜ਼ ਬੁਲੰਦ ਕੀਤੀ ਕਿ ਜੇ ਆਉਣ ਵਾਲੇ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਕਿ ਜੇ ਪੰਜਾਬ ਗੌਰਮੈਂਟ ਇਸ ਤੇ ਇਜਲਾਸ ਨਹੀਂ ਬੁਲਾਉਂਦੀ ਜਾਂ ਕੋਈ ਹੋਰ ਕਾਰਵਾਈ ਨਹੀਂ ਸ਼ੁਰੂ ਕਰਦੀ ਤਾਂ ਆਉਣ ਵਾਲੇ ਦਿਨਾਂ ਚ ਜਿਵੇਂ ਭਾਜਪਾ ਦਾ ਵਿਰੋਧ ਹੋ ਰਿਹਾ ਪੰਜਾਬ ਵਿਚ ਉਵੇਂ ਬਿਲਕੁਲ ਕਾਂਗਰਸ ਦੇ ਲੀਡਰਾਂ ਨੂੰ ਘੇਰਿਆ ਜਾਊਗਾ ਔਰ ਪੰਜਾਬ ਗੌਰਮੈਂਟ ਤੇ ਕਾਂਗਰਸ ਦੀ ਸਰਕਾਰ ਹੈ ਉਸ ਦਾ ਹੀ ਵਿਰੋਧ ਅਸੀਂ ਕਰਾਂਗੇ ਜੀ। ਹਾਂਜੀ, ਠੀਕ ਹੈ। ਭਾਈ ਕਿਰਪਾ ਸਿੰਘ ਜੀ, ਜਿੱਦਾਂ ਕੋਈ ਭਾਰਤ ਸਰਕਾਰ ਵੱਲੋਂ ਮਤਲਬ ਸੱਦਾ ਪੱਤਰ ਵੀ ਆਇਆ ਸੀ ਕਿਸਾਨਾਂ ਨਾਲ ਮੀਟਿੰਗ ਕਰਨ ਨੂੰ। ਹੈਲੋ। ਹਾਂਜੀ, ਭਾਰਤ ਸਰਕਾਰ ਵੱਲੋਂ ਕੋਈ ਤੁਹਾਨੂੰ ਸੱਦਾ ਪੱਤਰ ਵੀ ਆਇਆ ਹਾਲੇ ਤੱਕ ਬਈ ਮੀਟਿੰਗ ਕਰਨ ਵਾਸਤੇ, ਕੋਈ ਤੁਹਾਨੂੰ ਬੁਲਾਵਾ ਆਇਆ ਕੋਈ? ਨਹੀਂ ਜੀ, ਜਿਹੜੀ ਇੱਕ ਚਿੱਠੀ ਇੱਕ ਵੈਸੇ ਚਿੱਠੀ ਆਈ ਸੀ ਉਹਦਾ ਕੋਈ ਆਧਾਰ ਨਹੀਂ ਸੀ, ਉਹ ਸਰਕਾਰੀ ਚਿੱਠੀ ਤੌਰ ਤੇ ਨਹੀਂ ਸੀ, ਉਸ ਨੂੰ ਜਥੇਬੰਦੀਆਂ ਨੇ ਬਿਲਕੁਲ ਨਕਾਰਿਆ ਔਰ ਇਹ ਤਰੀਕਾ ਸਹੀ ਨਹੀਂ ਸੀ। ਉਹਦੇ ਵਿੱਚ ਇੱਕ ਚਿੱਠੀ ਜਿਹੜੀ ਸੀ ਸਿੰਪਲ ਲਿਖਿਆ ਸੀ ਕਿ ਆਓ ਸਾਡੇ ਨਾਲ ਗੱਲਬਾਤ ਕਰੋ, ਅਸੀਂ ਤੁਹਾਨੂੰ ਸਮਝਾਉਂਦੇ ਆ ਕਿ ਇਹ ਜਿਹੜਾ ਕਾਨੂੰਨ ਹੈ ਜਿਹੜਾ ਖੇਤੀ ਕਾਨੂੰਨ ਹੈ ਬਿਲਕੁਲ ਸਹੀ ਆ। ਉਹਦੇ ਵਿੱਚ ਇਹ ਨਹੀਂ ਸੀ ਕੀਤਾ ਗਿਆ ਕਿ ਤੁਸੀਂ ਆਓ ਸਾਡੇ ਨਾਲ ਦੱਸੋ ਤੁਹਾਨੂੰ ਕੀ ਮੁਸ਼ਕਿਲਾਂ ਆ ਰਹੀਆਂ ਨੇ ਜਾਂ ਤਾਂ ਇਸ ਦਾ ਹੱਲ ਬਾਰੇ ਕੁਛ ਨਹੀਂ। ਉਹਦੇ ਵਿੱਚ ਸਿਰਫ ਇੰਨਾ ਹੀ ਕੀਤਾ ਗਿਆ ਸੀ ਕਿ ਅਸੀਂ ਤੁਹਾਨੂੰ ਸਮਝਾਉਂਦੇ ਹਾਂ ਕਿ ਕਾਨੂੰਨ ਸਹੀ ਕਿਵੇਂ ਆ। ਸੋ ਉਸ ਤੇ ਸਖ਼ਤ ਆਪਣਾ ਐਕਸ਼ਨ ਲਿਆ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਕਿ ਅਸੀਂ ਕੋਈ ਮੂਰਖ ਨਹੀਂ ਜਾਂ ਕਿਸਾਨ ਮੂਰਖ ਨਹੀਂ ਹੈਗੇ ਜਿਹੜਾ ਤੁਸੀਂ ਹਜੇ ਵੀ ਸਾਨੂੰ ਸਮਝਾਉਂਦੇ ਆ ਗੱਲਾਂ ਕਰ ਰਹੇ ਹੋ ਔਰ ਉਸ ਸੱਦੇ ਨੂੰ ਅਸੀਂ ਬਿਲਕੁਲ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਉਸ ਦਾ ਵਿਰੋਧ ਕੀਤਾ ਔਰ ਉਸ ਦੀ ਅਸੀਂ ਬਿਲਕੁਲ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਕਿ ਜਥੇਬੰਦੀਆਂ ਦਾ ਔਰ ਪੰਜਾਬ ਔਰ ਪੰਜਾਬ ਦੇ ਕਿਸਾਨਾਂ ਦਾ ਇੱਕ ਹਿਸਾਬ ਦਾ ਅਪਮਾਨ ਕੀਤਾ ਤੁਸੀਂ, ਕਿਉਂਕਿ ਇਸ ਤਰ੍ਹਾਂ ਦਾ ਸੱਦਾ ਪੱਤਰ ਦੇਣਾ ਬਹੁਤ ਗਲਤ ਮੰਨਿਆ ਗਿਆ ਜੀ। ਹਾਂਜੀ, ਇੱਕ ਆਪਣੇ ਭਾਈ ਕਿਰਪਾ ਸਿੰਘ ਜੀ, ਜਿੱਦਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹਦੇ ਮਤਲਬ ਜਨਰਲ ਸਕੱਤਰ ਨੇ ਆਪਣੇ ਸਰਮਨ ਸਿੰਘ ਪੰਦੇਰ, ਉਹਨਾਂ ਨੇ ਵੀ ਇੱਕ ਚਿੱਠੀ ਮੈਨੂੰ ਵੀ ਉਹਨੇ ਬਿਆਨ ਭੇਜਿਆ ਸੀ ਰਾਤੀ, ਮੈਂ ਵੀ ਉਹ ਬਿਆਨ ਜਿੱਦਾਂ ਲਾਇਆ ਵੀ ਆਵੇ ਉਹਦੇ ਚ ਉਹਨੇ ਚਿੱਠੀ ਭੇਜੀ ਸੀਗੀ ਤੁਸੀਂ ਉਸੇ ਚਿੱਠੀ ਦੀ, ਇਹ ਚਿੱਠੀ ਉਹਨਾਂ ਦੇ ਨਾਂ ਤੇ ਸੀ ਨਾ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਦੀ, ਇਹ ਵੱਖਰੀ ਚਿੱਠੀ ਦੀ ਗੱਲ ਤੁਸੀਂ ਕਰਦੇ ਜਾਂ ਉਸੇ ਚਿੱਠੀ ਦੀ ਗੱਲ ਕਰਦੇ? ਨਹੀਂ ਜੀ, ਉਵੇਂ ਹੀ ਮਤਲਬ ਤੁਸੀਂ ਕਹਿ ਰਹੇ ਸਿੱਖੀ ਤੌਰ ਤੇ ਚਿੱਠੀ ਆਈ ਜਿਹੜੀ ਉਹਨਾਂ ਨੂੰ। ਹਾਂਜੀ ਹਾਂਜੀ ਹਾਂਜੀ, ਉਹ ਬਿਲਕੁਲ ਜਿਹੜੀਆਂ ਚਿੱਠੀਆਂ ਆਈਆਂ ਨੇ ਉਹ ਨਿੱਜੀ ਤੌਰ ਤੇ ਆਈਆਂ ਨੇ, ਸਭ ਨੂੰ ਬਾਈ ਨੇਮ ਆਈਆਂ ਨੇ ਔਰ ਉਹ ਕਿਤੇ ਨਾ ਕਿਤੇ ਇਹ ਵੀ ਸਮਝਿਆ ਜਾ ਰਿਹਾ ਸੀ ਕਿ ਜਥੇਬੰਦੀਆਂ ਨੂੰ ਆਪਸ ਵਿਚ ਫੁੱਟ ਪਾਉਣ ਲਈ ਇੱਕ ਚਾਲ ਚੱਲੀ ਜਾ ਰਹੀ, ਜਿਹਦੇ ਸਾਰੀਆਂ ਜਥੇਬੰਦੀਆਂ ਇੱਕ ਮੁੱਠ ਇੱਕ ਆਵਾਜ਼ ਵਿਚ ਆਵਾਜ਼ ਬੁਲੰਦ ਕੀਤੀ ਕਿ ਅਸੀਂ
ਪੰਜਾਬ ਦੇ ਮਸਲੇ ਐਵੇਂ ਹੱਲ ਨਹੀਂ ਕਰਨੇ ਜਿਵੇਂ ਕੱਲੇ ਕੱਲੇ ਨੂੰ ਬੁਲਾ ਕੇ। ਜੇ ਬੁਲਾਵਾ ਆਊਗਾ ਤੇ ਮੇਰੀਆਂ ਅੱਜ 30 ਜਥੇਬੰਦੀਆਂ ਸੀ, 30 ਜਥੇਬੰਦੀਆਂ ਜਦੋਂ ਕੱਛਾ ਸਾਨੂੰ ਬੁਲਾਵਾ ਆਊਗਾ ਅਸੀਂ ਉਹਦੇ ਧਰਨ ਗੱਲ ਕਰਾਂਗੇ। ਉਹ ਵੀ ਔਰ ਸਰਕਾਰੀ ਕੋਈ ਅਫਸਰ ਜਾਂ ਡਿਪਾਰਟਮੈਂਟ ਵੱਲੋਂ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਆਫ ਇੰਡੀਆ ਹੈ ਕਿ ਉਹ ਸਾਨੂੰ ਇਸ ਅਫਸਰ ਭੇਜੇਗਾ ਤਾਂ ਅਸੀਂ ਗੱਲਬਾਤ ਲਈ ਜਾਵਾਂਗੇ ਜੀ। ਤੇ ਜਿੱਦਾਂ ਤੁਸੀਂ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ, ਇਸ ਤਰ੍ਹਾਂ ਭਾਰਤ ਸਰਕਾਰ ਨੂੰ ਵੀ ਕੋਈ ਅਲਟੀਮੇਟਮ ਦਿੱਤਾ ਵੀ ਇਸ ਜਿਹੜਾ ਅੰਦੋਲਨ ਚੱਲ ਰਿਹਾ ਇਹਦੇ ਸੰਬੰਧ ਦੇ ਵਿੱਚ ਵੀ ਜੋ ਉਹ ਕਰ ਰਹੇ ਆ, ਜੇ ਉਹਨਾਂ ਨੇ ਮਤਲਬ ਕੋਈ ਸਮਾਂਬੱਧ ਕੀਤਾ? ਬਿਲਕੁਲ ਜੀ, ਦੇਖੋ ਜਿਹੜਾ ਅੰਦੋਲਨ ਹੈ ਰੇਲ ਰੋਕੋ ਅੰਦੋਲਨ ਚੱਲ ਰਿਹਾ, ਜਿਵੇਂ ਅੱਜ ਸਾਰੇ ਟੂਲ ਪਲਾਂਟ ਦਾ ਪੰਜਾਬ ਦੇ ਬਿਲਕੁਲ ਫ੍ਰੀ ਕਰ ਦਿੱਤੇ ਗਏ ਨੇ। ਹਾਂਜੀ, ਜਿਹੜੇ ਸੈਂਟਰ ਨਾਲ ਸੰਬੰਧਿਤ ਸੀ ਔਰ ਜਿੰਨੇ ਵੀ ਲੈਸ ਦੇ ਪੰਪ ਸੀ ਉਹ ਉਵੇਂ ਬਸ ਰੱਖ ਕੇ ਬੰਦ ਰਹਿਣਗੇ। ਸੋ ਇਹ ਕਿਤੇ ਨਾ ਕਿਤੇ ਜਿਹੜਾ ਖਾਸ ਕਰਕੇ ਰੇਲ ਅੰਦੋਲਨ ਹੈ ਇਸ ਦਾ ਜਿਹੜਾ ਅਸਰ ਹੈ ਬਹੁਤ ਉੱਪਰ ਤੱਕ ਜਾ ਰਿਹਾ। ਜਿਹੜਾ ਰੇਲ ਡਿਪਾਰਟਮੈਂਟ ਹੈ ਉਹ ਭਾਰਤ ਸਰਕਾਰ ਤੇ ਬਹੁਤ ਪ੍ਰੈਸ਼ਰ ਬਣਾ ਰਿਹਾ ਇਸ ਵਕਤ ਕਿ ਇਸ ਦਾ ਛੇਤੀ ਤੋਂ ਛੇਤੀ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਵੇ, ਨਹੀਂ ਤਾਂ ਇਸ ਦਾ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਅਸਰ ਹੈ ਹੋਰ ਬਹੁਤ ਹੋਊਗਾ। ਕਿਉਂਕਿ ਜਿਹੜਾ ਰੇਲ ਦਾ ਮਾਲ ਭਾਗ ਹੈ ਉਹ ਇਸ ਵਕਤ ਪੂਰੇ ਘਾਟੇ ਵਿੱਚ ਜਾ ਰਿਹਾ। ਜਿਹੜੀਆਂ ਵੈਸੇ ਤੁਹਾਡੀ ਜਾਣਕਾਰੀ ਦੱਸ ਸੀ ਕਿ ਜਿਹੜੀਆਂ ਦੂਸਰੀਆਂ ਪੈਸੰਜਰ ਗੱਡੀਆਂ ਤਾਂ ਪਹਿਲਾਂ ਹੀ ਬੰਦ ਸੀ, ਪਰ ਜਿਹੜਾ ਮਾਲ ਗੱਡੀਆਂ ਰਹੀ ਜਿਹੜਾ ਢੋਆ ਢੁਆਈ ਦਾ ਕੰਮ ਸੀ ਪੰਜਾਬ ਦੇ ਵਿੱਚ ਆਉਣ ਦਾ ਉਹ ਪੂਰੇ ਜ਼ੋਰਾਂ ਸ਼ੋਰਾਂ ਨਾਲ ਲਾਕਡਾਊਨ ਵਿੱਚ ਵੀ ਚੱਲਦਾ ਰਿਹਾ। ਤੇ ਉਹ ਕਿਤੇ ਨਾ ਕਿਤੇ ਜਦੋਂ ਉਹ ਪ੍ਰਭਾਵਿਤ ਹੋਈ ਜਿਹੜੀ ਲੈਣ ਕਟੀਚੀ ਹੈ ਮਾਲ ਗੱਡੀਆਂ ਦੀ, ਉਸ ਦੇ ਨਾਲ ਜਿਹੜਾ ਸੈਂਟਰ ਪੂਰੀ ਤਰ੍ਹਾਂ ਇਸ ਵਕਤ ਇੱਕ ਬੇਸ਼ਰਮੀ ਦੇ ਤੌਰ ਤੇ ਪੰਜਾਬ ਨਾਲ ਪਤਾ ਨੀ ਕੀ ਉਹਨਾਂ ਦਾ ਵੈਰ ਹੈ ਕਿ ਵੈਸੇ ਅੰਦਰ ਹਿੱਲੇ ਪਏ ਉੱਪਰੋਂ ਵਰਕਾ ਜ਼ੋਰ ਮਾਰਦੇ ਪਏ ਨੇ, ਪਰ ਅੰਦਰੋਂ ਜਿਹੜਾ ਉਹ ਸਾਨੂੰ ਵੀ ਖੁਫੀਆ ਏਜੰਸੀਆਂ ਸਰਕਾਰ ਦੀਆਂ ਹੈਗੀਆਂ ਨੇ ਜਾਂ ਸਰਕਾਰ ਦੀਆਂ ਸਾਧੀਆਂ ਜਾਂਦੀਆਂ ਨੇ ਕਿ ਜਿਹੜਾ ਰੇਲ ਵਿਭਾਗ ਹੈ ਅੰਦਰੋਂ ਪੂਰੀ ਤਰ੍ਹਾਂ ਇੱਕ ਪੂਰੀ ਸਟੇਟ ਬੰਦ ਹੋ ਜਾਣੀ ਔਰ ਉਹ ਵੀ ਸਟੇਟ ਜਿੱਥੋਂ ਪੂਰੇ ਭਾਰਤ ਨੂੰ ਅਨਾਜ ਟ੍ਰੇਨਾਂ ਨੇ ਜਾਂਦਾ ਸੀ। ਆਪਣੇ ਕਿਰਪਾ ਸਿੰਘ ਜੀ, ਅੱਜ ਜਿਹੜੀ ਘਟਨਾ ਵਾਪਰੀ ਆ ਹਰਿਆਣੇ ਦੇ ਵਿੱਚ, ਕਿਸਾਨ ਜਿਹੜੇ ਮਤਲਬ ਉਹਨਾਂ ਨੇ ਮਤਲਬ ਰੈਲੀ ਕੀਤੀ ਸੀਗੀ ਤੇ ਉਹਨਾਂ ਨੇ ਘਿਰਾਓ ਕੀਤਾ ਸੀ ਜਿਹੜੇ ਮੇਰੇ ਖਿਆਲ ਇਹਨਾਂ ਦੇ ਖੱਟਣ ਦੀ ਪਾਰਟੀ ਦੇ ਨਾਲ ਚੌਟਾਲਾ ਉਹਨਾਂ ਦਾ ਸ਼ਾਇਦ ਨਾਂ ਪੂਰਾ, ਜਿਹੜੇ ਉਹਨਾਂ ਦੀ ਮਤਲਬ ਸਾਂਝ ਆ ਉਹਨਾਂ ਨੇ ਹਮਾਇਤ ਆ ਉਹਦਾ ਵਿਰੋਧ ਕੀਤਾ ਸੀ, ਲੇਕਿਨ ਉਹਨਾਂ ਦੇ ਉੱਪਰ ਕਾਫੀ ਜਿੱਦਾਂ ਅੱਜ ਡਾਂਗ ਸੋਟਾ ਵੀ ਕੀਤਾ ਗਿਆ, ਹਾਂ ਲਾਠੀਚਾਰਜ ਕੀਤਾ ਗਿਆ ਤੇ ਨਾਲ ਹੀ ਆਪਣੇ ਪਾਣੀ ਦੀਆਂ ਪਿਛਾੜਾਂ ਮਾਰੀਆਂ ਗਈਆਂ, ਉਹਦੇ ਬਾਰੇ ਵੀ ਕੁਛ ਕਹਿਣਾ ਚਾਹੋਗੇ? ਬਿਲਕੁਲ ਜੀ, ਬੜੀ ਉਹ ਮਾੜੀ ਘਟਨਾ ਸੀ ਔਰ ਉਸਦਾ ਅਸੀਂ ਸਖ਼ਤ ਨਿੰਦਾ ਕਰਦੇ ਹਾਂ ਔਰ ਪਰਸੋਂ ਇਸ ਦੇ ਵਿਰੋਧ ਵਿੱਚ ਪੂਰੇ ਪੰਜਾਬ ਵਿੱਚ ਦੁਪਹਿਰੇ 2 ਤੋਂ ਲੈ ਕੇ 12 ਤੋਂ 2 ਲੈ ਕੇ ਅਸੀਂ ਜਿਹੜੀ ਪੂਰੇ ਪੰਜਾਬ ਦੀ ਆਵਾਜਾਈ ਬੰਦ ਰੱਖਾਂਗੇ ਉਸਦੇ ਹਮਾਇਤ ਦੇ ਵਿੱਚ ਕਿਸਾਨਾਂ ਦੇ, ਔਰ ਉਸ ਦੇ ਵਿਰੋਧ ਵਿੱਚ ਅਸੀਂ ਚੱਕਾ ਜਾਮ ਕਰਾਂਗੇ। ਪੂਰੀਆਂ ਜਥੇਬੰਦੀਆਂ ਇੱਕ ਮੁੱਠ ਹੋਈਆਂ ਇਸ ਮੁੱਦੇ ਤੇ ਕਿ ਜਿਹੜਾ ਉਹਨਾਂ ਦੇ ਹੱਥ ਵਿੱਚ ਅਸੀਂ ਕਿਸਾਨਾਂ ਦੇ ਜੋ ਲਾਠੀਚਾਰਜ ਹੋਇਆ ਉਸਦਾ ਵਿਰੋਧ ਕਰਨਾ, ਉਸ ਦੇ ਵਿਰੋਧ ਦੇ ਸੰਬੰਧ ਵਿੱਚ ਪਰਸੋਂ ਅਸੀਂ ਪੂਰੇ ਪੰਜਾਬ ਨੂੰ ਦੁਪਹਿਰੇ ਚੱਕਾ ਬੰਦ 2 ਘੰਟੇ ਲਈ ਕੀਤਾ ਜਾਊਗਾ ਜੀ। ਪਰਸੋਂ ਦਾ ਮਤਲਬ ਤੁਸੀਂ 9 ਤਰੀਕ ਨੂੰ ਇਹ ਚੱਕਾ ਜਾਮ ਕਰੋਗੇ? ਹਾਂਜੀ, 9 ਤਰੀਕ ਨੂੰ ਦੁਪਹਿਰੇ 12 ਤੋਂ 2 ਵਜੇ ਤੱਕ ਜੀ ਪੂਰੇ ਪੰਜਾਬ ਨੂੰ ਚੱਕਾ ਜਾਮ ਕਰ ਦਿਆਂਗੇ। ਉਹ ਉਸ ਦੀ ਅਸੀਂ ਸਿਫਤ ਅੱਜ ਵੀ ਉੱਥੇ ਅਸੀਂ ਪ੍ਰੈਸ ਵਿੱਚ ਵੀ ਕਿਹਾ ਔਰ ਸਰਕਾਰ ਨੂੰ ਉਸ ਬਹੁਤ ਅਸੀਂ ਕਰ ਰਹੇ ਜੋ ਲਾਠੀਚਾਰਜ ਹੋਇਆ ਔਰ ਅਸੀਂ ਹਰਿਆਣੇ ਦੇ ਕਿਸਾਨਾਂ ਨਾਲ ਔਰ ਹਰਿਆਣੇ ਦੇ ਕਿਸਾਨ ਸਾਡੇ ਨਾਲ, ਹੁਣ ਇਹ ਜਿਹੜੀ ਲਹਿਰ ਹੈ ਇਕੱਲੇ ਪੰਜਾਬ ਦੀ ਤੁਰੀ ਪੰਜਾਬ ਤੋਂ ਹੈ, ਪੰਜਾਬ ਅੱਗੇ ਜ਼ਰੂਰ ਹੈ ਮੋਹਰੀ, ਜਿੰਨੇ ਵੀ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਨੇ ਉਹ ਇਹ ਗੱਲ ਤੋਂ ਪ੍ਰਥਕ ਨੇ, ਪੰਜਾਬ ਕਰੂਗਾ ਅਸੀਂ ਪੰਜਾਬ ਦੇ ਨਾਲ ਖੜੇ, ਜੋ ਪੰਜਾਬ ਪ੍ਰੋਗਰਾਮ ਦਊਗਾ ਅਸੀਂ ਉਸ ਪ੍ਰੋਗਰਾਮ ਦੇ ਨਾਲ ਖੜੇ ਹਾਂ। ਹੁਣ ਜਿਹੜੇ ਪੰਜਾਬ ਦੇ ਨੀ ਪੂਰੇ ਭਾਰਤ ਦੇ ਕਿਸਾਨ ਉਹ ਜਿਹੜੀ ਲਹਿਰ ਜਿਹੜੀ ਤੇਜ਼ ਹੁੰਦੀ ਜਾ ਰਹੀ ਔਰ ਜਿਹੜੀ ਮੋਦੀ ਸਰਕਾਰ ਨੂੰ ਇਸਦਾ ਖਮਿਆਜ਼ਾ ਬਹੁਤ ਜਲਦੀ ਭੁਗਤਣਾ ਪਊਗਾ ਜੀ। ਕਿਰਪਾ ਸਿੰਘ ਜੀ, ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਪੂਰੇ ਭਾਰਤ ਦੀ ਗੱਲ ਹੈ, ਜਿੱਦਾਂ ਦੇਖਣ ਵਿੱਚ ਤੇ 2 ਸਟੇਟਾਂ ਜਿੱਦਾਂ ਪੰਜਾਬ ਦੀ ਤੁਸੀਂ ਗੱਲ ਕਰਦੇ ਆ, ਆਪਾਂ ਦੇਖਦੇ ਵੀ ਆ ਹਰਿਆਣੇ ਵਾਲੇ ਵੀ ਕਿਸਾਨ ਬਹੁਤ ਵੱਡੀਆਂ ਰੈਲੀਆਂ ਉਹਨਾਂ ਨੇ ਪਿਛਲੇ ਦਿਨਾਂ ਚ ਕੀਤੀਆਂ, ਪਰ ਹੋਰ ਸੂਬਿਆਂ ਦੀ ਵੀ ਕੋਈ ਰਿਪੋਰਟ ਹੈਗੀ ਆ ਵੀ ਜਿਹੜੇ ਮਤਲਬ ਅੱਗੇ ਹੋ ਕੇ ਮਤਲਬ ਉਹਨੇ ਵੀ ਮੋਰਚੇ ਲਾਉਣੇ ਸ਼ੁਰੂ ਕਰਤੇ ਆ? ਬਿਲਕੁਲ ਜੀ, ਜਿਹੜੀ ਪੂਰੇ ਭਾਰਤ ਵਿੱਚ ਇਸ ਦਾ ਵਿਰੋਧ ਹੋ ਰਿਹਾ ਯੂਪੀ ਵਿੱਚ ਔਰ ਕਰਨਾਟਕ ਵਿੱਚ, ਪਰ ਕੁਛ ਕਾਰਨਾਂ ਕਰਕੇ ਜਿਵੇਂ ਨੈਸ਼ਨਲ ਮੀਡੀਆ ਭਾਰਤ ਦਾ ਉਹ ਬਿਲਕੁਲ ਸਾਰੇ ਅੰਦੋਲਨ ਨੂੰ ਦੱਬ ਕੇ ਬੈਠਾ ਆ ਜੀ, ਔਰ ਇਧਰ ਦੀਆਂ ਖਬਰਾਂ ਉਧਰ ਉਧਰ ਨੇ ਉਧਰ, ਉਹ ਬਿਲਕੁਲ ਇਸ ਵਕਤ ਭਾਜਪਾ ਸਰਕਾਰ ਘਿਰੀ ਹੋਈ, ਜਿਹੜਾ ਕੁੜੀ ਨਾਲ ਬਲਾਤਕਾਰ ਹੋਇਆ ਉਸਦਾ ਵੀ ਅਸੀਂ ਸਖ਼ਤ ਨਿੰਦਾ ਕਰਦੇ ਹਾਂ ਜੀ, ਤੇ ਉਸ ਦੇ ਸੰਬੰਧ ਵਿੱਚ ਭਾਜਪਾ ਘਿਰੀ ਹੈ ਇੱਕ ਪਾਸੇ, ਇਹ ਉਹਨਾਂ ਦੇ ਗਲ ਵਿੱਚ ਸੱਪ ਉਹ ਪੈ ਗਿਆ, ਦੂਜਾ ਸੱਪ ਜਿਹੜਾ ਕਿਸਾਨਾਂ ਨੂੰ ਮਾਰਨ ਦਾ ਸੀ ਉਹ ਪੈ ਗਿਆ ਉਹਨਾਂ ਦੇ, ਔਰ ਇਸ ਵਕਤ ਭਾਜਪਾ ਜਿਹੜੀ ਅੰਦਰੋਂ ਬਿਲਕੁਲ ਖੋਖਲੀ ਹੋਈ ਪਈ ਹੈ ਜੀ। ਠੀਕ ਹੈ, ਸਰਕਾਰ ਉਹਨਾਂ ਦੀ ਹੈਗੀ ਬਹੁਮਤ ਉਹਨਾਂ ਦਾ,
ਜਿੰਨੇ ਵੀ ਗਲਤ ਫੈਸਲੇ ਲੈ ਰਹੇ ਨੇ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੇ ਭੁਗਤਣਾ ਪਊਗਾ। ਇਹ ਤੁਹਾਨੂੰ ਆਪ ਜੀ ਨੂੰ ਪਤਾ ਹੋਊਗਾ ਕਿ ਪਿਛਲੇ ਦਿਨਾਂ ਥੋੜੇ ਚਿਰ ਪਹਿਲਾਂ ਜਿਹੜੇ ਰਿਲਾਇੰਸ ਦੇ ਅਬਾਨੀ ਅਡਾਨੀ ਹੈ ਨਾ, ਇਹ ਫੇਸਬੁੱਕ ਵਿੱਚ ਆਪਣਾ ਸ਼ੇਅਰ ਪਾਇਆ। ਅੱਛਾ ਜੀ। ਉਸ ਦੇ ਥਰੂ ਜਿਹੜਾ ਉਧਰ ਸਾਊਥ ਇੰਡੀਆ ਦਾ ਨਾਰਥ ਇੰਡੀਆ ਵਿੱਚ ਔਰ ਨਾਰਥ ਇੰਡੀਆ ਦੀ ਸਾਊਥ ਇੰਡੀਆ ਵਿੱਚ ਇਹਨਾਂ ਬਿਲਕੁਲ ਜਿਹੜੀਆਂ ਖਬਰਾਂ ਨੈਸ਼ਨਲ ਮੀਡੀਆ ਹੋਵੇ ਚਾਹੇ ਸੋਸ਼ਲ ਮੀਡੀਆ ਹੋਵੇ, ਉਸ ਨੂੰ ਬਿਲਕੁਲ ਆਪ ਨਹੀਂ ਹੋ ਰਿਹਾ। ਪਰ ਇਹ ਲਹਿਰ ਕਿਸਾਨੀ ਲਹਿਰ ਨੂੰ ਨੈਸ਼ਨਲ ਮੀਡੀਆ ਜ਼ਰੂਰ ਦਬਾ ਰਿਹਾ, ਪਰ ਇਹ ਕਿਤੇ ਨਾ ਕਿਤੇ ਬਹੁਤ ਹੀ ਆਉਣ ਵਾਲੇ ਦਿਨਾਂ ਵਿੱਚ ਇਸਦਾ ਅਸਰ ਆਪ ਸਭ ਨੂੰ ਦੇਖਣ ਨੂੰ ਮਿਲੇਗਾ ਜੀ। ਠੀਕ ਹੈ ਕਿਰਪਾ ਸਿੰਘ ਜੀ, ਲਾਸਟ ਦੇ ਵਿੱਚ ਜਿੱਦਾਂ ਕਿਉਂਕਿ ਇਹਦਾ ਅਸਰ ਇਕੱਲਾ ਪੰਜਾਬ ਜਾਂ ਭਾਰਤ ਦੇ ਵਿੱਚ ਨਹੀਂ ਰਿਹਾ, ਜਿਹੜੀਆਂ ਰੈਲੀਆਂ ਜਾਂ ਕਿਸਾਨਾਂ ਦਾ ਅੰਦੋਲਨ ਆ ਇਹ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਜ਼ੋਰ ਫੜ ਰਿਹਾ। ਇੱਥੇ ਇੰਗਲੈਂਡ ਦੇ ਵਿੱਚ ਵੀ 3 ਰੈਲੀਆਂ ਹੋ ਚੁੱਕੀਆਂ, ਕੈਨੇਡਾ, ਅਮਰੀਕਾ, ਇਟਲੀ, ਜਰਮਨੀ, ਫਰਾਂਸ, ਸਾਰੇ ਮਤਲਬ ਦੇਸ਼ਾਂ ਦੇ ਵਿੱਚ ਵੱਡੀਆਂ ਵੱਡੀਆਂ ਰੈਲੀਆਂ ਹੋ ਚੁੱਕੀਆਂ ਤੇ ਹੋਰ ਅੱਗੇ ਹੋ ਵੀ ਰਹੀਆਂ। ਮੇਰਾ ਸਵਾਲ ਇਹ ਆ ਕਿ ਰੈਲੀਆਂ ਦਾ ਇੱਥੇ ਪੰਜਾਬ ਦੇ ਵਿੱਚ ਜਾਂ ਸਰਕਾਰਾਂ ਤੇ ਕੋਈ ਅਸਰ ਹੁੰਦਾ, ਜਿਹੜੀ ਆਵਾਜ਼ ਬਾਹਰ ਉਠਾਉਂਦੇ ਆ ਲੋਕ? ਬਿਲਕੁਲ ਜੀ, ਜਿੱਥੇ ਸਰਕਾਰਾਂ ਨੂੰ ਅਸਰ ਹੋ ਰਿਹਾ ਜੀ, ਜਿਵੇਂ ਪਿੱਛੇ ਟਰੰਪ ਦਾ ਵੀ ਬਿਆਨ ਆਉਂਦਾ ਔਰ ਟਰੂਡੋ ਦਾ ਕੈਨੇਡਾ ਦਾ ਬਿਆਨ ਆਉਂਦਾ ਕਿ ਜਿਹੜੀ ਅਸੀਂ ਪੰਜਾਬ ਤੋਂ ਸਿੱਖੀ ਆ, ਪਰ ਇਹ ਪਤਾ ਨੀ ਕਿਤੇ ਨਾ ਕਿਤੇ ਜਾ ਕੇ ਮੋਦੀ ਸਰਕਾਰ ਨੂੰ ਇਸ ਗੱਲ ਦੀ ਕੌਣ ਸਮਝ ਆ ਰਹੀ। ਪਰ ਇਹ ਜਿਹੜਾ ਅੰਦੋਲਨ ਹੈ ਜਿਹੜਾ ਬਾਹਰ ਹੋ ਰਿਹਾ ਹੈ, ਉਸ ਦਾ ਅਸਰ ਸਰਕਾਰਾਂ ਨੂੰ ਤਾਂ ਪਤਾ ਨੀ ਹੈਗਾ ਜੀ, ਪਰ ਜਿਹੜਾ ਕਿਸਾਨਾਂ ਨੂੰ ਜਿਹੜਾ ਉਹਦਾ ਹੌਸਲਾ ਵਜਾਈ ਹੋਈ ਹੈ ਜੀ, ਅਸੀਂ ਗਰਾਊਂਡ ਲੈਵਲ ਤੇ ਦੇਖਿਆ ਔਰ ਮੀਡੀਆ ਜਿਹੜਾ ਪੰਜਾਬ ਦਾ ਉਹ ਵੀ ਇਸ ਚੀਜ਼ ਨੂੰ ਪੇਸ਼ ਕਰ ਰਿਹਾ ਕਿ ਜਿਹੜਾ ਅੰਦੋਲਨ ਹੁਣ ਇਕੱਲੇ ਪੰਜਾਬ ਦਾ ਨੀ ਰਿਹਾ, ਭਾਰਤ ਦਾ ਰਿਹਾ, ਵਿਦੇਸ਼ਾਂ ਵਿੱਚ ਰਿਹਾ। ਔਰ ਪੰਜਾਬ ਲਈ ਬੜੀ ਖੁਸ਼ੀ ਦੀ ਗੱਲ ਆ ਕਿ ਜਿੱਥੇ ਪੰਜਾਬ ਦਾ ਭਾਈਚਾਰਾ ਜਿੰਨਾ ਇੱਥੇ ਫਿਕਰਮੰਦ ਦੇ, ਪੰਜਾਬ ਦੇ ਲੋਕ ਫਿਕਰਮੰਦ ਨੇ, ਉਸ ਤੋਂ ਵੱਧ ਜਿਹੜੇ ਆਪ ਜੀ ਲੋਕ ਵਿਦੇਸ਼ਾਂ ਵਿੱਚ ਬੈਠੇ ਹੋਏ ਹੋ ਸਾਰੇ, ਉਹ ਪੰਜਾਬ ਦਾ ਸਾਡੇ ਨਾਲ ਵੱਧ ਫਿਕਰ ਕਰਦੇ ਹੋ, ਇਸ ਲਈ ਸਾਨੂੰ ਹੌਸਲਾ ਅਫਜਾਈ ਬਹੁਤ ਮਿਲੀ ਆ। ਔਰ ਜਿਹੜਾ ਸਾਡਾ ਜਿਹੜਾ ਮਨੋਬਲ ਬਹੁਤ ਉੱਪਰ ਆਇਆ ਹੈ ਕਿ ਜਿੱਦਾਂ ਸਾਡੇ ਭਰਾ ਸਾਡੇ ਸਹਿਯੋਗ ਵਿੱਚ ਉਤਰੇ ਨੇ ਔਰ ਅਸੀਂ ਦਿਨ ਰਾਤ ਇੱਕ ਕਰਕੇ ਅੰਦੋਲਨਾਂ ਨੂੰ ਕਾਮਯਾਬ ਕਰਨ ਲਈ ਔਰ ਮੋਦੀ ਸਰਕਾਰ ਦੇ ਨੱਕ ਦੇ ਵਿੱਚ ਦਮ ਕਰਨ ਲਈ ਬਿਲਕੁਲ ਤਿਆਰ ਪਰ ਤਿਆਰ ਆ। ਔਰ ਆਉਣੇ ਦਾ ਦਿਨਾਂ ਦੇ ਵਿੱਚ ਅਸੀਂ ਦਿੱਲੀ ਦਾ ਜਿਹੜਾ ਘਰਾਓ ਹੈ ਜਥੇਬੰਦੀਆਂ ਵੱਲੋਂ ਥੋੜਾ ਜਿਹਾ ਕਣਕ ਤੇ ਝੋਨੇ ਦਾ ਸੀਜ਼ਨ ਚੱਲ ਰਿਹਾ, ਕਿਸਾਨ ਜਿਹਨੇ ਨੇ ਜਿੱਤੇ ਕਿਸਾਨ ਆਪਣਾ ਕੰਮ ਨਿਬੇੜ ਲੈਣਗੇ, ਕਣਕ ਬੀਜ ਲੈਣਗੇ ਔਰ ਇਹ ਅੰਦੋਲਨ ਦੀ ਰੂਪਰੇਖਾ ਇਹ ਦਿੱਲੀ ਵੱਲ ਹੋ ਕੇ ਕਰੂਗੀ ਜੀ। ਠੀਕ ਹੈ, ਆਖਰ ਦੇ ਵਿੱਚ ਕੋਈ ਗੱਲ ਹੋਰ ਜਿਹੜੀ ਅੱਜ ਦੀ ਕਾਨਫਰੰਸ ਦੀ ਦੱਸਣਾ ਚਾਹੋ, ਜਾਂ ਤੁਸੀਂ ਛੰਭੂ ਬਾਰਡਰ ਤੇ ਵੀ ਗਏ ਸੀਗੇ, ਦੀਪ ਸਿੱਧੂ ਹੁਣਾਂ ਨਾਲ ਵੀ ਗੱਲਬਾਤ ਹੋਈ ਆ, ਉਹਨਾਂ ਦਾ ਜਿਸ ਬੋਲ ਕੇ ਮੈਂ ਅੱਜ ਉਹਨਾਂ ਨੂੰ ਸੱਚੀ ਛੰਭੂ ਮੰਦ ਸਾਡਾ ਜਿਹੜਾ ਵੀ ਪੰਜਾਬ ਲਈ ਕੋਈ ਵੀ ਚਾਹੇ ਜਥੇਬੰਦੀ ਹੈ ਚਾਹੇ ਕੋਈ ਧਿਰ ਵੀ ਪੰਜਾਬ ਲਈ ਖੜੂਗੀ, ਅਸੀਂ ਇੰਟਰਨੈਟ ਪੰਥਕ ਔਰ ਕਿਸਾਨ ਵਿਚੋਂ ਮੋਰਚਾ ਅਸੀਂ ਉਸ ਸ਼ਖਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ। ਇਹ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ, ਜਿੱਥੇ ਵੀ ਸਾਡੀ ਲੋੜ ਹੈ ਕਿਸੇ ਜਥੇਬੰਦੀ ਨੂੰ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰੇ, ਪੰਜਾਬ ਦੀ ਗੱਲ ਕਰੇ, ਕਿਸਾਨੀ ਦੀ ਗੱਲ ਕਰੇ, ਅਸੀਂ ਉਸ ਦੇ ਨਾਲ ਖੜੇ ਹਾਂ ਜੀ। ਔਰ ਕੁਛ ਅਫਵਾਹਾਂ ਦੀਪ ਸਿੱਧੂ ਤੱਕ ਵੀ ਪਹੁੰਚਾਈਆਂ ਜਾ ਰਹੀਆਂ ਸੀ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਤੁਹਾਡੇ ਵਿਰੋਧ ਵਿੱਚ ਨੇ ਜਾਂ ਉਹ ਤੁਹਾਡੇ ਖਿਲਾਫ਼ ਬੋਲ ਰਹੀਆਂ ਨੇ, ਪਰ ਉਹਨਾਂ ਨੂੰ ਅਸੀਂ ਇਹ ਗੱਲ ਉੱਥੇ ਕਲੀਅਰ ਵੀ ਕਰਕੇ ਆਏ ਕਿ ਕੋਈ ਵੀ ਕਿਸਾਨ ਜਥੇਬੰਦੀ ਤੁਹਾਡੇ ਉਲਟ ਨਹੀਂ ਹੈ। ਇਹ ਲੜਾਈ ਆਪਾਂ ਸਾਰਿਆਂ ਲੜ ਕੇ ਲੜਨੀ ਹੈ, ਆਪਣੀ ਲੜਾਈ ਪੰਜਾਬੀਆਂ ਦੀ ਜਿਹੜੀ ਸੈਂਟਰ ਗੌਰਮੈਂਟ ਦੇ ਨਾਲ ਜਿਹੜੀ ਕਿਸਾਨਾਂ ਦੀ ਲੜਾਈ ਹੈ ਭਾਰਤ ਸਰਕਾਰ ਨਾਲ, ਕਿਰਪਾ ਕਰਕੇ ਆਪਾਂ ਇਕਮੁੱਠ ਹੋ ਕੇ ਜਿਹੜੇ ਸੰਘਰਸ਼ ਨੂੰ ਹੋਰ ਤੇਜ਼ ਕਰੀਏ ਜੀ। ਹਾਂਜੀ, ਇੱਕ ਸੋਸ਼ਲ ਮੀਡੀਆ ਦੇ ਵਿੱਚ ਜਿਹੜੇ ਕਿਸਾਨ ਯੂਨੀਅਨ ਲੱਖੋਵਾਲ ਉਹਨਾਂ ਦੀ ਵੀ ਖਬਰ ਆ ਰਹੀ ਆ ਕਿ ਉਹਨਾਂ ਨੇ ਕੋਈ ਕੋਰਟ ਦੇ ਵਿੱਚ ਦਰਖਾਸਤ ਕੀਤੀ ਆ ਤੇ ਜੇ ਇਹਨਾਂ ਜਥੇਬੰਦੀਆਂ ਸਹਿਮਤ ਨਹੀਂ ਤੇ ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ, ਉਹ ਕੀ ਕਾਰਨ ਆ, ਕੀ ਗੱਲ ਹੋਈ ਆ? ਉਹ ਬਿਲਕੁਲ ਜੀ, ਉਹਨਾਂ ਆਪਣੀ ਮਨਮਰਜ਼ੀ ਨਾਲ, ਕਿਉਂਕਿ ਇੱਕ ਕਾਇਦਾ ਸੀ 31 ਤੇ ਆਪਾਂ ਸਲਾਹ ਨਾਲ ਜੋ ਵੀ ਕੰਮ ਕਰਨਾ ਹੈ, ਪਰ ਉਹਨਾਂ ਪਤਾ ਨੀ ਕੀ ਉਹਨਾਂ ਦੇ ਦਿਮਾਗ ਵਿੱਚ ਆਇਆ ਜੀ, ਉਹਨਾਂ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਇੱਕ ਰਿਟ ਦਾਇਰ ਕਰਤੀ। ਪਰ ਉਹ ਕਿਤੇ ਨਾ ਕਿਤੇ ਸਮਝਿਆ ਜਾ ਰਿਹਾ ਕਿ ਜਿਹੜੇ ਉਹਨਾਂ ਐਡਵੋਕੇਟ ਕੀਤੇ ਕਾਫੀ ਪੱਖਾਂ ਤੇ ਵਿਚਾਰ ਹੋਈ ਕਿ ਇਹ ਕੇਸ ਜੇ ਆਪਣਾ ਇਸ ਸਬੰਧ ਵਿੱਚ ਕਮਜ਼ੋਰ ਪੇਸ਼ ਕੀਤਾ ਗਿਆ ਤੇ ਕਿਤੇ ਨਾ ਕਿਤੇ ਜੇ ਉੱਥੇ ਕੇਸ, ਆਪਾਂ ਨੂੰ ਪਤਾ ਭਾਰਤ ਦੀਆਂ ਜਿੰਨੀਆਂ ਵੀ ਸੁਪਰੀਮ ਕੋਰਟ ਹੋਵੇ, ਹਾਈ ਕੋਰਟ ਹੋਵੇ, ਉਹਨਾਂ ਦਾ ਇਸ ਵਕਤ ਕਬਜ਼ਾ ਭਾਰਤ ਸਰਕਾਰ ਦਾ, ਉੱਥੇ ਆਪਾਂ ਕੇਸ ਹਾਰ ਜਾਂਦੇ ਹਾਂ ਤੇ ਉਹ ਆਪਾਂ ਜਦੋਂ ਅੱਗੇ ਵੀ ਕੇਸ ਸਟੈਪ ਲਵਾਂਗੇ ਤੇ ਆਪਣੇ ਅੱਗੇ ਹਮੇਸ਼ਾ ਉਹ ਜੱਜਮੈਂਟ ਅੱਗੇ ਆਊਗੀ ਕਿ ਤੁਸੀਂ ਕੇਸ ਹਾਰ ਚੁੱਕੇ ਹੋ। ਸੋ ਉਹ ਬੜਾ ਸੋਚ ਸਮਝ ਕੇ ਕੇਸ ਕਰਨ ਵਾਲਾ ਫੈਸਲਾ ਸੀ, ਉਹਨਾਂ ਨੇ ਆਪਣੀ ਮਰਜ਼ੀ ਨਾਲ ਕੀਤਾ ਔਰ ਜਿਹੜੇ ਵਕੀਲ ਕੀਤੇ ਕਿਤੇ ਨਾ ਕਿਤੇ ਉਹ ਵੀ ਬੜਾ ਕਮਜ਼ੋਰ ਪੱਖ ਸੀ ਵੀ ਬਿਨਾਂ ਸੋਚੇ ਸਮਝੇ ਤੋਂ ਕਰ ਲਏ। ਉਹ ਵਕੀਲ ਸੀ ਜਿਨ੍ਹਾਂ ਨੇ ਐ ਵੀ ਮੰਗਣ ਤੇ ਪਿੱਛੇ ਜਮਾਨਤ ਤੇ ਉਹ ਨਹੀਂ ਹੋ ਪਾਈ ਉਹਨਾਂ ਤੋਂ, ਉਹ ਏਡਾ ਵੱਡਾ ਕੇਸ ਪੰਜਾਬ ਦੇ ਹੱਕਾਂ ਦਾ ਔਰ ਕਿਸਾਨੀ ਦਾ ਜੋ ਲੜਦੇ ਨੇ ਕਿਤੇ ਨਾ ਕਿਤੇ ਉੱਥੇ ਵੀਕ ਪੁਆਇੰਟ ਰਹਿ ਜਾਵੇ
ਤੇ ਕੱਲਿਆਂ ਲੜਨਾ ਔਰ ਜਥੇਬੰਦੀ ਢਾਂਚੇ ਨਾਲ ਜਦੋਂ ਕੱਤੇ ਜਥੇਬੰਦੀਆਂ ਨਾਲ ਸਲਾਹ ਨਹੀਂ ਕੀਤੀ ਗਈ ਤੇ ਉਹਨਾਂ ਨੂੰ ਇਸ ਕਰਕੇ ਸਸਪੈਂਡ ਕੀਤਾ ਗਿਆ ਕਿ ਜਦ ਤੱਕ ਉਹ ਉਹਨਾਂ ਨੇ ਵਿਸ਼ਵਾਸ ਤਾਂ ਦਵਾਇਆ ਅੱਜ ਕਿ ਅਸੀਂ ਕੇਸ ਵਾਪਸ ਲਵਾਂਗੇ ਪਰ ਜਥੇਬੰਦੀਆਂ ਨੇ ਇਹ ਸਲਾਹ ਕੀਤੀ ਕਿ ਜਿੰਨਾ ਤੱਕ ਕੇਸ ਵਾਪਸ ਕਰਕੇ ਉਸਦਾ ਲਿਖਤੀ ਰੂਪ ਵਿੱਚ ਸਟੈਂਪ ਲੱਗਾ ਨਹੀਂ ਲੈ ਕੇ ਆਉਂਦੇ ਉਦੋਂ ਤੱਕ ਇਹਨਾਂ ਨੂੰ ਸਸਪੈਂਡ ਰੱਖਿਆ ਜਾਊਗਾ ਜੇ 31 ਜਥੇਬੰਦੀਆਂ ਚ ਕਿਉਂਕਿ ਚਰਚਾ ਤਾਂ ਪਹਿਲਾਂ ਵੀ ਇਹਨਾਂ ਬਾਰੇ ਕਾਫੀ ਹੁੰਦੀ ਸੀ ਚਾਹੇ ਕੁਛ ਹੋਰ ਵੀ ਆਪਾਂ ਕਿਸੇ ਦਾ ਨਾਂ ਨੀ ਲੈਣਾ ਚਾਹੁੰਦੇ ਵੀ ਕੋਈ ਕਾਂਗਰਸ ਦੇ ਨਾਲ ਜਾ ਕੇ ਸਲਾਹ ਮਸਲਾ ਕਰ ਲੈਂਦੇ ਆ ਕੋਈ ਅਕਾਲੀਆਂ ਨਾਲ ਕਰ ਲੈਂਦੇ ਆ ਏਦਾਂ ਹੀ ਮਤਲਬ ਜਿਹੜੀਆਂ 31 ਜਥੇਬੰਦੀਆਂ ਇਹਨਾਂ ਨੂੰ ਇੱਕ ਮੁੱਠੇ ਰਹਿਣਾ ਚਾਹੀਦਾ ਤਾਂ ਇਹੋ ਜਿਹੀਆਂ ਗੱਲਾਂ ਲੋਕਾਂ ਨੂੰ ਕਿਉਂ ਸ਼ੰਕੇ ਪਹਿਲਾਂ ਹੀ ਪੈਦਾ ਕਰ ਦੇਣੇ ਜਾਂ ਇਹ ਕਰ ਦੇਣੀ ਇਹ ਚੰਗੀ ਗੱਲ ਨਹੀਂ ਅੱਜ ਭਾਰਤ ਸਰਕਾਰ ਹੋਵੇ ਚਾਹੇ ਰਾਜਨੀਤਿਕ ਕੋਈ ਵੀ ਪਾਰਟੀ ਇਹ ਨਹੀਂ ਚਾਹੁੰਦੀ ਸਾਡੀ ਲੜਾਈ ਜਿਹੜੀ ਲੜਾਈ ਤਾਂ ਕਿਸਾਨਾਂ ਦੀ ਲੜਾਈ ਸੀ ਜਥੇਬੰਦੀਆਂ ਦੀ ਲੜਾਈ ਆ ਉਹ ਲੜਾਈ ਨੂੰ ਕਿਸੇ ਨਾ ਕਿਸੇ ਤਰ੍ਹਾਂ ਭਾਰਤ ਸਰਕਾਰ ਇਸ ਨੂੰ ਵਖੇੜਨਾ ਚਾਹੁੰਦੀ ਹੈ ਇੱਕ ਮੁਸ਼ਤਾ ਦੀ ਤੋੜਨਾ ਚਾਹੁੰਦੀ ਹੈ ਉਹ ਆਪਣੀਆਂ ਚਾਲਾਂ ਚੱਲਣਗੇ ਔਰ ਅਸੀਂ ਅੱਜ ਇਹ ਵੀ ਬੇਨਤੀ ਕੀਤੀ ਜਿੰਨੇ ਵੀ ਕਿਸਾਨ ਅੱਜ ਉੱਥੇ ਬੈਠੇ ਆ ਸਾਰੇ ਬੜਾ ਸੋਚ ਸਮਝ ਕੇ ਕਿਉਂਕਿ ਪੂਰਾ ਪੰਜਾਬ ਪੂਰਾ ਦੇਸ਼ ਔਰ ਪੂਰਾ ਬਾਹਰਲਾ ਦੇਸੀ ਜਿਹੜੇ ਪੰਜਾਬੀ ਭਰਾ ਨੇ ਉਹ ਵੀ ਤੁਹਾਡੇ ਮੂੰਹ ਵੱਲ ਦੇਖ ਰਹੇ ਨੇ ਕਿਰਪਾ ਕਰਕੇ ਇਹੋ ਜਿਹਾ ਕੋਈ ਵੀ ਕੰਮ ਨਾ ਕੀਤਾ ਜਾਵੇ ਆਪਣੇ ਲੈਵਲ ਤੇ ਜਿਹੜਾ ਆਪਾਂ ਨੂੰ ਜਵਾਬ ਦੇਣਾ ਔਖਾ ਹੋ ਜਾਵੇ ਪੰਜਾਬੀਆਂ ਨੂੰ ਬਹੁਤ ਬਹੁਤ ਮਿਹਰਬਾਨੀ ਕਿਰਪਾ ਸਿੰਘ ਜੀ ਤੁਸੀਂ ਸਮਾਂ ਦਿੱਤਾ ਅਸੀਂ ਸਾਨੂੰ ਪਤਾ ਤੁਸੀਂ ਸਫ਼ਰ ਕਿਆ ਤੇ ਫੇਰ ਵੀ ਕੋਈ ਗੱਲ ਆਖਰ ਦੇ ਵਿੱਚ ਕਹਿਣੀ ਚਾਹੁੰਦੇ ਕਹਿ ਸਕਦੇ ਬਸ ਜੀ ਇਹੀ ਗੱਲ ਹੈ ਵੀ ਪੰਜਾਬੀ ਇਹ ਲੜਾਈ ਹਲੇ ਖਤਮ ਨਹੀਂ ਹੋਈ ਬਹੁਤ ਲੰਮੀ ਲੜਾਈ ਆ ਇੱਕ ਤਾਂ ਮਾਵਾਂ ਤੋਂ ਕੋਈ ਵੀ ਸੇਧ ਨਾ ਲਈ ਜਾਵੇ ਫੇਸਬੁੱਕ ਤੇ ਕੋਈ ਵੀ ਕੁਛ ਵੀ ਲਿਖਦਾ ਅੱਜ ਕੱਲ ਪਰ ਸਿੰਪਲ ਗੱਲ ਹੈ ਕਿ ਜਿਹੜੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਕੋਲ ਤਜਰਬਾ ਹੈ ਉਹ ਆਪਣੀ ਲੜਾਈ ਕਿਵੇਂ ਲੜਨੀ ਆ ਉਹ ਤੁਹਾਨੂੰ ਆਉਂਦਿਆਂ ਦੇ ਸਮੇਂ ਵਿੱਚ ਮੀਡੀਆ ਕਰਕੇ ਬੜੀ ਵਿਚਾਰ ਦੇ ਸ਼ਾਂਤਮਈ ਤਰੀਕੇ ਨਾਲ ਲੰਮੀ ਲੜਾਈ ਸੈਂਟਰ ਗੌਰਮੈਂਟ ਨਾਲ ਜਿਹੜੀ ਲੜਾਈ ਲੜਨੀ ਆ ਔਰ ਰਾਜਨੀਤਿਕ ਪਾਰਟੀਆਂ ਨੂੰ ਵਿਸ਼ੇਸ਼ ਤੌਰ ਤੇ ਸਾਡੀ ਚੇਤਾਵਨੀ ਹੈ ਕਿ ਕੋਈ ਪਾਰਟੀ ਆ ਉਹ ਸੜਕਾਂ ਤੇ ਕੀ ਕਰਦੀ ਪਈ ਪੰਜਾਬ ਦੀਆਂ ਤੇ ਪੰਜਾਬ ਦੀਆਂ ਸੜਕਾਂ ਤੇ ਜਦੋਂ ਕਿਸਾਨ ਬੈਠੇ ਹੋਏ ਨੇ ਤੁਹਾਡੀ ਲੜਾਈ ਜੇ ਤੁਸੀਂ ਦੱਸੋ ਪੰਜਾਬ ਦੇ ਸੱਚੇ ਤੁਸੀਂ ਸਪੁੱਤਰ ਹੋ ਤੇ ਲੜਾਈ ਲੜਨੇ ਤੇ ਜਾ ਕੇ ਸੈਂਟਰ ਦੇ ਵਿੱਚ ਬੈਠੋ ਦਿੱਲੀ ਉੱਥੇ ਕਿਉਂ ਨੀ ਧਰਨਾ ਮਾਰਦੇ ਤੁਸੀਂ ਤੁਸੀਂ ਸੜਕਾਂ ਉੱਤੇ ਭਜਾਈ ਫਿਰਦੇ ਟਰੈਕਟਰ ਇਹ ਕੰਮ ਕਿਸਾਨਾਂ ਦਾ ਕਿਸਾਨ ਇਹ ਖੂਬ ਜਾਣਦੇ ਨੇ ਕਿਵੇਂ ਧਰਨੇ ਲਾਉਣੇ ਆ ਕਿਵੇਂ ਰੈਲੀਆਂ ਕੱਢਣੀਆਂ ਨੇ ਇਹ ਜਿਹੜੇ ਰਾਜਨੀਤਿਕ ਲੋਕ ਨੇ ਇਹਨਾਂ ਨੂੰ ਸਾਡੀ ਇਹੋ ਹੀ ਵਾਅਦਾ ਔਰ ਅਪੀਲ ਆ ਕਿ ਤੁਸੀਂ ਜਾ ਕੇ ਦਿੱਲੀ ਆਪਣੇ ਲੋਕ ਸਭਾ ਦੇ ਬੈਠੋ ਜਿੱਥੇ ਮਰਜ਼ੀ ਧਰਨੇ ਲਾਓ ਤੁਹਾਡਾ ਕੰਮ ਦਿੱਲੀ ਵਿੱਚ ਪੰਜਾਬ ਜਿਹੜੇ ਦਿੱਲੀ ਵਾਲੇ ਪੰਜਾਬ ਆ ਕੇ ਆਪਣਾ ਟਰੈਕਟਰ ਰੋਡ ਕਰ ਰਹੇ ਨੇ ਲੋਕ ਸਮਾਜ ਕਰੇ ਉਹ ਬਿਲਕੁਲ ਡਰਾਮਾ ਹੈ ਇਸ ਤੋਂ ਪੰਜਾਬੀ ਕਿਸਾਨ ਸੁਚੇਤ ਰਹਿ ਆਪਾਂ ਇਹਨਾਂ ਦੇ ਪਿੱਛੇ ਨੀ ਲੱਗਣਾ ਆਪਾਂ ਲੜਾਈ ਆਪਣੇ ਆਪ ਲੜਨੀ ਜੇ ਰਾਜਨੀਤਿਕ ਲੋਕ ਲੜਨਾ ਚਾਹੁੰਦੇ ਤਾਂ ਆਪਣੀ ਲੜਾਈ ਜਾ ਕੇ ਲੜਨ ਦੀ ਬਹੁਤ ਬਹੁਤ ਧੰਨਵਾਦ ਜੀ ਕਿਰਪਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ